ਤਸਵੀਰਾਂ ਉਸ ਮਾਯੂਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਜਵਾਨ ਪੁੱਤ ਕੈਨੇਡਾ ਦੇ ਵਿੱਚ ਗਿਆ ਸੀ ਤੇ ਉੱਥੇ ਉਸ ਦੀ ਮੌਤ ਹੋ ਗਈ ਹੈ। ਮੰਦਭਾਗੀ ਖਬਰ ਘਰ ਪਹੁੰਚੀ ਹੈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਜੋ ਕੈਨੇਡਾ ਗਿਆ ਸੀ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਉੱਥੇ ਹੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਭਿਨੀਤ ਸਿੰਘ ਜੋ 10 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਤੇ ਸਵੇਰੇ ਉੱਠਿਆ ਹੀ ਨਹੀਂ। ਸੁੱਤੇ ਪਏ ਨੂੰ ਹੀ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਤੋਂ ਆਪਣੇ ਪੁੱਤ ਦੀ ਮੌਤ ਦਾ ਦੁੱਖ ਸਹਾਰ ਨਹੀਂ ਹੋ ਰਿਹਾ। ਹਾਲਾਂਕਿ ਇਸ ਨੌਜਵਾਨ ਦਾ ਪੂਰਾ ਪਰਿਵਾਰ ਹੀ ਕੈਨੇਡਾ ਦੇ ਵਿੱਚ ਹੈ, ਪਰ ਇਸ ਦੇ ਦਾਦਾ ਦਾਦੀ ਅਤੇ ਹੋਰ ਰਿਸ਼ਤੇਦਾਰ ਪੰਜਾਬ ਦੇ ਖੰਨਾ ਸ਼ਹਿਰ ਦੇ ਰਹਿਣ ਵਾਲੇ ਨੇ। ਖੰਨਾ ਵਾਲੇ ਘਰ 'ਚ ਵੀ ਮਾਤਮ ਪਸਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਅੰਤਿਮ ਸੰਸਕਾਰ ਬ੍ਰੈਂਪਟਨ ਦੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਣਾ ਹੈ, ਪਰ ਇੱਥੇ ਦਾਦਾ ਦਾਦੀ ਆਪਣੇ ਪੋਤੇ ਦਾ ਮੂੰਹ ਨਹੀਂ ਦੇਖ ਸਕਣਗੇ। ਇਸ ਨੌਜਵਾਨ ਦੀ ਉਮਰ ਮਹਿਜ਼ 33 ਸਾਲ ਸੀ ਜਿੱਥੇ ਆਪਣੇ ਦੋਸਤਾਂ ਦੇ ਨਾਲ ਇਹ ਜਨਮ ਦਿਨ ਮਨਾ ਕੇ ਵਾਪਸ ਘਰ ਆਇਆ, ਸੌਂ ਗਿਆ ਤੇ ਬਾਅਦ ਵਿੱਚ ਉੱਠਿਆ ਹੀ ਨਹੀਂ। ਜਦੋਂ ਡਾਕਟਰਾਂ ਕੋਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਇਸ ਨੂੰ ਸੁੱਤੇ ਪਏ ਨੂੰ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਧਰ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ ਤਾਂ ਦਾਦਾ ਦਾਦੀ ਵੀ ਸਦਮੇ ਦੇ ਵਿੱਚ। ਇਹ ਮੁੰਡੇ ਦਾ ਨਾਮ ਤਾਂ ਹੈਗਾ ਨਵਨੀਤ ਅਭਿਨੀਤ ਤੇ ਡੈਡੀ ਉਹਦੇ ਨਾਲ ਹੈਗਾ ਇੰਦਰਜੀਤ ਲੋਟੇ। ਇੰਦਰਜੀਤ ਦੇ ਕਿੰਨੇ ਬੇਟੇ ਸੀ? ਦੋ ਬੇਟੇ ਸੀ ਜੀ। ਦੋ ਬੇਟੇ ਨੇ ਜਿਹਦੇ ਮੁੰਡੇ ਦੀ ਡੈਥ ਹੋਈ ਹੈ, ਕਿੰਨੀ ਉਮਰ ਸੀ? ਇਹ 97 ਦਾ ਬਰਥ ਹੈ। ਹਾਂਜੀ, ਕੰਮ ਕੀ ਕਰਦਾ ਸੀ ਮੁੰਡਾ? ਕੰਮ ਇਹਨਾਂ ਦਾ ਇਮੀਗ੍ਰੇਸ਼ਨ ਦਾ। ਤੁਹਾਨੂੰ ਕਿਵੇਂ ਲੱਗਿਆ ਪਤਾ ਉਹਰੇ? ਜਿਵੇਂ ਜੀ ਸਾਨੂੰ ਜੀ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ, ਇਹਨਾਂ ਨੇ ਮਤਲਬ ਵਿਆਹ ਤੇ ਗਏ ਹੋਏ ਸੀ ਕਿਸੇ ਦੀ, ਮੈਰਿਜ ਤੇ ਗਏ ਹੋਏ ਸੀ। ਮੈਰਿਜ ਤੇ ਜਾਣ ਤੋਂ ਬਾਅਦ ਉਹ ਜਿਨ੍ਹਾਂ ਦੀ ਇਹਨਾਂ ਦੀ ਦੋਹਤੀ ਸੀ ਜਿਹੜੀ ਚਾਚਾ ਜੀ ਦੀ, ਤੇ ਉਹਦੇ ਵਿਆਹ ਤੇ ਗਏ ਹੋਏ ਤੇ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੂੰ ਘਰ ਛੱਡ ਗਏ ਬੱਚਿਆਂ ਨੂੰ, ਬਈ ਰਾਤ ਦੇ ਉਣੀਂਦੇ ਨੇ ਵੀ ਕਿਉਂ ਡਿਸਟਰਬ ਕਰਨੇ ਨੇ। ਇਹ ਬੇਟੇ ਦੋਨੋਂ ਨਹੀਂ ਗਏ, ਸਾਰੀ ਫੈਮਿਲੀ ਵਿਆਹ ਕੇ ਚਲੇ ਗਏ। 11 ਕੁ ਵਜੇ ਰਾਤੀ ਲੇਟ ਆਉਂਦੇ ਨੇ ਨਾ ਡਿਊਟੀਆਂ ਤੋਂ, ਇਹ 3 ਕੁ ਵਜੇ ਆਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸੁੱਤੇ ਪਿਆਂ ਨੂੰ ਛੱਡ ਗਏ ਵੀ ਚੱਲ ਇਹਨਾਂ ਨੇ ਜਾਣਾ ਨਹੀਂ ਵੀ ਅਸੀਂ ਜਾ ਆਉਂਦੇ ਹਾਂ। 11 ਕੁ ਵਜੇ ਗਏ, 3 ਵਜੇ ਵਾਪਸ ਆ ਗਏ, ਆਉਣ ਸਾਰ ਦੇਖਿਆ ਤਾਂ ਉਹ ਸੁੱਤਾ ਹੀ ਪਿਆ ਸੀ, ਹਿੱਲਿਆ ਨਹੀਂ ਆ। ਹਾਂਜੀ, ਉਹਨਾਂ ਨਾਲ ਗੱਲ ਹੋਈ ਹੈ ਤੁਹਾਡੇ? ਹਾਂਜੀ ਹਾਂਜੀ, ਮੇਰੀ ਗੱਲ ਤਾਂ ਹੁੰਦੀ ਰਹਿੰਦੀ ਹੈ, ਮੇਰੀ ਰਾਤ ਪਰਸੋਂ ਵੀ ਹੋਈ ਆ, ਫੋਟੋਆਂ ਵੀ ਮੰਗਾਈਆਂ ਨੇ ਮੈਂ ਹੁਣ ਉਹਦੀਆਂ, ਸੰਸਕਾਰ ਦੀਆਂ ਫੋਟੋਆਂ ਵੀ ਆਉਣੀਆਂ ਨੇ ਮੇਰੇ ਕੋਲ, ਵੀਡੀਓ ਕਾਲ ਹੋਣੀ ਆ। ਸੰਸਕਾਰ ਹੋ ਚੁੱਕੇ ਆ? ਸੰਸਕਾਰ ਨਹੀਂ, ਕੱਲ 19 ਤਰੀਕ ਦਾ 9 ਤੋਂ 11। ਅੱਛਾ, ਹੋ ਗਿਆ ਕੱਲ? ਨਹੀਂ, ਸੰਸਕਾਰ ਵੀ ਆ 9 ਤੋਂ 11, ਜਾਨੀ ਸੰਸਕਾਰ ਆ, ਉਹ ਤੋਂ ਬਾਅਦ 2 ਵਜੇ ਤੱਕ ਭੋਗ ਆ। ਹਾਂਜੀ, ਇਹ ਹੋਈ ਆ ਇੰਡੀਆ ਦੇ 12 ਸੀ ਜਾਨੀ, 12 ਤਰੀਕ ਸੀਗੀ ਤੇ ਉੱਧਰ 11 ਤਰੀਕ। ਕੈਨੇਡਾ ਕਿਹੜੀ ਜਗ੍ਹਾ ਰਹਿ ਰਹੀ ਸੀ? ਇਹ ਹੈਗਾ ਬ੍ਰੈਂਪਟਨ ਜੀ, ਇੱਥੋਂ ਕੱਢੋ ਦਿੰਦੇ ਹਾਂ, ਤੁਹਾਨੂੰ ਦਿਖਾ ਦਿੰਦੇ ਹਾਂ ਸਾਰਾ ਐਡਰੈਸ ਵਗੈਰਾ ਤਾਂ ਦਿੱਤਾ ਹੋਇਆ ਉਹਨਾਂ ਨੇ ਸਾਰਾ। ਕੀ ਨਾਮ ਹੈ ਤੁਹਾਡਾ? ਬਲਵੰਤ ਸਿੰਘ। ਬਲਵੰਤ ਜੀ, ਜਿਹੜੇ ਇੱਕ ਇੰਦਰਜੀਤ ਸਿੰਘ ਲੋਟਰਾ ਜੀ ਦੇ ਬੇਟੇ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ, ਹਾਂਜੀ, ਕੀ ਨਾਮ ਸੀ ਇਹਦਾ ਤੇ ਕਿੰਨੇ ਬੱਚੇ ਸੀ ਇਹਨਾਂ ਦੇ? ਇਹਨਾਂ ਦੇ ਇੰਦਰਜੀਤ ਸਿੰਘ ਲੋਟਰਾ 2 ਬੱਚੇ ਸੀਗੇ, ਦੋਨੇ ਬੇਟੇ ਸੀਗੇ, ਇੱਕ ਮੈਰਿਡ ਸੀ, ਕਨ ਮੈਰਿਡ ਸੀਗਾ। ਬਸ ਉਹ ਮੈਰਿਜ 'ਤੇ ਗਏ ਹੋਏ ਸੀਗੇ ਲੋਟਾ ਸਾਹਿਬ, ਅਤੇ ਉਹਨਾਂ ਦੇ ਮਿਸਿਜ ਵਗੈਰਾ ਘਰ ਦੇ ਵਿੱਚ, ਦੋਨੇ ਬੇਟੇ ਸੀਗੇ, ਅਤੇ ਰਾਤ ਨੂੰ ਸੁੱਤਾ, ਸੌਣ ਤੋਂ ਬਾਅਦ ਫਿਰ ਉਹ ਮਤਲਬ ਸਵੇਰੇ ਉਹਨਾਂ ਨੇ ਦੇਖਿਆ, ਸਵੇਰੇ ਉੱਠੇ ਨਹੀਂ, ਉਹਨਾਂ ਨੇ ਠਾਲਿਆ, ਉਹ ਉੱਠਿਆ ਨਹੀਂ ਆ। ਕਿੰਨੀ ਕੁ ਉਮਰ ਸੀ? ਉਮਰ 30 ਤੋਂ 31 ਸਾਲ ਉਮਰ ਸੀ। ਕਿੰਨਾ ਕੁ ਸਮਾਂ ਪਹਿਲਾਂ ਕੈਨੇਡਾ ਦੇ? ਕੈਨੇਡਾ ਤਾਂ ਬੱਚਿਆਂ ਨੂੰ ਗਿਆਨ ਤਾਂ ਹੋ ਗਏ ਤਕਰੀਬਨ 16-17 ਸਾਲ ਹੋ ਗਏ ਆ, ਅਤੇ ਲੋਟਾ ਸਾਹਿਬ ਹੁਣ ਗਏ ਸੀਗੇ ਪਿੱਛੇ ਜੇ, 2-1.5 ਸਾਲ ਇਹਨਾਂ ਨੂੰ ਹੋ ਗਏ। ਉਰੇ ਹੁਣ ਕੋਈ ਨਹੀਂ ਰਹਿੰਦਾ। ਅਤੇ ਬੱਚਾ ਕਰਦਾ ਕੀ ਸੀ? ਉੱਥੇ ਰੈਸਟੋਰੈਂਟ ਵਗੈਰਾ ਇਹਨਾਂ ਨੇ ਆਪਣਾ ਪਾ ਦਿੱਤਾ ਸੀ, ਪਾਇਆ ਹੋਇਆ। ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦਾ ਬੜਾ ਬੇਟਾ ਇਹਨਾਂ ਦਾ, ਅਤੇ ਦੂਜੇ ਨੇ ਹੋਟਲ ਲਿੱਤੇ ਹੋਏ। ਕਦੋਂ ਹੋਈ, ਕਦੋਂ ਡੈਥ? ਡੈਥ 10 ਤਰੀਕ ਨੂੰ। 10 ਤਰੀਕ ਨੂੰ? ਹਾਂਜੀ। ਭੋਗ ਕਦੋਂ ਕੀ ਹੋਇਆ? ਭੋਗ 19 ਤਰੀਕ ਦਾ ਭੋਗ ਹੈ। ਗੱਲਬਾਤ ਹੋਈ ਹੈ ਕੋਈ ਲੋਟੇ ਸਾਹਿਬ ਨੂੰ ਤੁਹਾਡੀ? ਹਾਂ, ਲੋਟਾ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ। ਕੀ ਕਹਿੰਦੇ ਜੀ? ਤਾਂ ਉਹਨਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ, ਉਹਨਾਂ ਨੇ ਸਿਰਫ ਇਹੀ ਗੱਲ ਕੀਤੀ ਹੈ ਕਿ ਬਸ ਬੇਟਾ ਰਾਤ ਨੂੰ ਸੁੱਤਾ, ਸਵੇਰੇ ਅਸੀਂ ਵਿਆਹ 'ਤੇ ਗਏ, ਵਿਆਹ ਤੋਂ ਬਾਅਦ ਆਏ, ਜਾਂ ਸਵੇਰੇ ਉਹਨੂੰ ਬ੍ਰੇਕਫਾਸਟ ਵਾਸਤੇ ਉਠਾਇਆ ਤਾਂ ਉੱਠਿਆ ਜੀ। ਇੰਦਰਜੀਤ ਜੀ ਕੀ ਕਰਦੇ ਆ? ਇਹ ਰਿਟਾਇਰ ਐੱਲ ਆਈ ਸੀ 'ਚੋਂ ਰਿਟਾਇਰ ਆ, ਪਹਿਲਾਂ ਏਅਰਫੋਰਸ ਸੀਗੇ, ਬਾਅਦ ਦੇ ਵਿੱਚ ਐੱਲ ਆਈ ਸੀ 'ਚੋਂ ਰਿਟਾਇਰ ਹੈ।